ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਬਾਜੌਰ ਜ਼ਿਲ੍ਹੇ ਵਿੱਚ ਐਤਵਾਰ ਨੂੰ ਜਮiyet ਉਲੇਮਾ-ਏ-ਇਸਲਾਮ ਫਜ਼ਲ ਦੀ ਰੈਲੀ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ। ਧਮਾਕੇ ਵਿੱਚ ਘੱਟੋ-ਘੱਟ 100 ਲੋਕ ਜ਼ਖਮੀ ਹੋਏ। ਪੁਲਿਸ ਨੇ ਬੀਬੀ ਸਿਨੂ ਦੱਸਿਆ ਕਿ ਉਹਨਾਂ ਨੂੰ ਅਜਿਹੇ ਸਬੂਤ ਮਿਲੇ ਹਨ ਜੋ ਇਹ ਇਸ਼ਾਰਾ ਕਰਦੇ ਹਨ ਕਿ ਇੱਕ ਆਤਮਕਾਤੀ ਹਮਲਾ ਹੋ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਅਧਿਕਾਰੀਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਰਿਪੋਰਟਾਂ ਦੇ ਮੁਤਾਬਕ ਧਮਾਕੇ ਵਿੱਚ ਜੰਮੀਆਂ ਤੇ ਇੱਕ ਮੁੱਖ ਸਥਾਨਕ ਨੇਤਾ ਦੀ ਮੌਤ ਹੋ ਗਈ ਹੈ। ਉਹਨਾਂ ਦਾ ਨਾਮ ਮੌਲਾਨਾ ਜ਼ਿਆਉੱਲਾ ਜਾਨ ਦੱਸਿਆ ਗਿਆ ਹੈ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁਝ ਜ਼ਖਮੀਆਂ ਨੂੰ ਨੇੜੇ ਦੇ ਇਲਾਕਿਆਂ ਦੇ ਹਸਪਤਾਲਾਂ ਵਿੱਚ ਵੀ ਭਰਤੀ ਕਰਵਾਇਆ ਗਿਆ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਪੇਸ਼ਾਵਰ ਲਿਆਉਣ ਦੇ ਲਈ ਹੈਲੀਕਾਪਟਰ ਬਾਜ਼ੋਰ ਪੇਚਿਆ ਗਿਆ ਹੈ ਦੇ ਮੁਲਕੇ ਅਮਨ و سلامتی ਬਣੇ ਨੂੰ کارਵਾਬੰ ਮਹਿਸਬمਤਾاوی لہذا ਕਬਾਜੋਲ ਦੇ ਕਮੋਂਦੇ ਕਾਰਯੋ ਜ਼ਿਲਹਾ ਦਾ ਸਟੇਟਲ ایریا ਦੀ ਅਰਜ਼ੇ ਕੇ ਰਾਮਨ ਜ਼ਰੂਰਤ ਦੇ ਦਾ ਚਿਕਮ ਵਾਕਿਆ ਸ਼ਵੇਦਾ ਅੱਜ ਦਾਗੀ ਮੁਜ਼ਮਤ ਕੋ ਮਾ ਜ਼ਮੀਰਤ ਉਸਤਾਨ ਸੂਬਾ ਖੈਬਰ ਪਖਤੂਨਵਾ તરફ ਨਾ ਉਹਦਾ ਮਤਾਲਬ ਕੋ ਮਾ ਚ ਫੌਰੀ ਤੌਰ ਬਾਨੇ ਤਾਕੀ ਕਾਤੀ ادارے ਦੇ ਹਰਕਤ ਕੇ ਰਾਸ਼ੀ ਹੋ ਦੇ ਦੇ ਤਾਕੀ ਕਾਤ ਦੇ ਕਿ ਜਦੇ ਵਾਕਿਆ ਕਿਸ ਸੁਮਨਵਸਤੀ ਪੇਸ਼ਾਵਰ ਵਿੱਚ ਲੇਡੀ ਰੀਡਿੰਗ ਹਸਪੀਟਲ ਵਿੱਚ ਜ਼ਖਮੀਆਂ ਦੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਅਜੇ ਤੱਕ ਕਿਸੇ ਅਤਵਾਦੀ ਸੰਗਠਨ ਨੇ tMapਕੇ ਦੀ ਜ਼ਿੰਮੇਵਾਰੀ ਨਹੀਂ ਲਈ ਅਤੇ ਨਾ ਹੀ ਪੁਲਿਸ ਨੇ tMapਕੇ ਦੇ ਕਾਰਨਾ ਦੀ ਜਾਣਕਾਰੀ ਦਿੱਤੀ ਹੈ। ਖੈਬਰ ਪਖਤੂਨਖਵਾ ਸੂਬੇ ਦੀ ਸਰਹੱਦ ਅਫਗਾਨਿਸਤਾਨ ਦੇ ਨਾਲ ਲੱਗਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਅਤੇ ਹੋਰ ਨੇਤਾਵਾਂ ਨੇ tMapਕੇ ਦੀ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਸ਼ਰੀਫ ਨੇ ਇਸ ਮਾਮਲੇ ਵਿੱਚ ਗ੍ਰਹਿ ਮੰਤਰੀ ਅਤੇ ਖੈਬਰ ਪਖਤੂਨਖਵਾ ਦੀ ਸਰਕਾਰ ਤੋਂ ਰਿਪੋਰਟ ਮੰਗੀ ਹੈ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰੈਲੀ ਬਾਜੌਰ ਜ਼ਿਲ੍ਹੇ ਦੇ ਖਾਰ ਤਹਿਸੀਲ ਇਲਾਕੇ ਵਿੱਚ ਸੱਦੀ ਗਈ ਸੀ ਇਸ ਵਿੱਚ ਹਿੱਸਾ ਲੈਣ ਦੇ ਲਈ ਸੈਂਕੜੇ ਲੋਕ ਮੌਜੂਦ ਸਨ ਸਮਾਚਾਰੀ ਏਜੰਸੀ AFP ਦੇ ਮੁਤਾਬਕ ਕਰੀਬ 400 ਪਾਰਟੀ ਵਰਕਰ ਅਤੇ ਸਮਰਥਕ ਇਸ ਰੈਲੀ ਵਿੱਚ ਸ਼ਾਮਲ ਹੋਣ ਪਹੁੰਚੇ ਸਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਧਮਾਕਿਆਂ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਅਤਵਾਦੀਆਂ ਨੇ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਧਰਮ ਅਤੇ ਦੇਸ਼ ਦੇ ਬਾਰੇ ਗੱਲ ਕਰਦੇ ਹਨ ਪੀਐਮ ਸ਼ਰੀਫ ਨੇ ਪੀੜਤਾਂ ਦੇ ਨਾਲ ਹਮਦਰਦੀ ਜਤਾਈ ਹੈ ਅਤੇ ਕਿਹਾ ਕਿ ਅੱਤਵਾਦੀ ਪਾਕਿਸਤਾਨ ਦੇ ਦੁਸ਼ਮਣ ਹਨ ਅਤੇ ਅਸੀਂ ਪਾਕਿਸਤਾਨ ਦੇ ਦੁਸ਼ਮਣਾਂ ਨੂੰ ਖਤਮ ਕਰਨਾ ਹੈ